ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਮਨਦੀਪ ਸਿੰਘ, ਜ਼ਿਲ੍ਹਾ ਕੋਆਰਡੀਨੇਟਰ ਮਗ ਨਰੇਗਾ ਮਾਨਸਾ। ਅੱਜ ਤੁਹਾਡੇ ਨਾਲ ਮਗ ਨਰੇਗਾ ਸਕੀਮ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਜੋ ਘਰ ਬਣਾਏ ਜਾ ਰਹੇ ਹਨ ਉਹਨਾਂ ਵਾਸਤੇ ਜਿਹੜੀ ਹੈ ਗੱਲ ਤੁਹਾਡੇ ਨਾਲ ਸ਼ੇਅਰ ਕਰਾਂਗੇ। ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪਿੰਡਾਂ ਵਿੱਚ ਘਰ ਬਣ ਰਹੇ ਹਨ ਗਰੀਬ ਲੋਕਾਂ ਦੇ, ਸੈਕ ਡਾਟੇ ਦੇ ਆਧਾਰ 'ਤੇ ਜਿਹੜੇ ਘਰ ਬਣ ਰਹੇ ਹਨ ਉਹਨਾਂ ਨਾਲ 90 ਦਿਨਾਂ ਦੀਆਂ ਦਿਹਾੜੀਆਂ ਮਗ ਨਰੇਗਾ ਸਕੀਮ ਅਧੀਨ ਵੀ ਦਿੱਤੀਆਂ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿੱਚ ਤਕਰੀਬਨ ਹੁਣ ਤੱਕ 1700 ਬੈਨੀਫਿਸ਼ਰੀਆਂ ਦੀ ਚੋਣ ਕੀਤੀ ਗਈ ਹੈ ਵੱਖ ਵੱਖ ਪਿੰਡਾਂ ਵਿੱਚ, ਜ਼ਿਲ੍ਹਾ ਮਾਨਸਾ ਵਿੱਚ, ਅਤੇ ਹੁਣ ਤੱਕ 430 ਘਰ ਹਨ ਜਿਹੜੇ ਸ਼ੁਰੂ ਹੋ ਚੁੱਕੇ ਹਨ ਮਗ ਨਰੇਗਾ ਸਕੀਮ ਨਾਲ ਕਨਵਰਜੈਂਸ ਦੇ ਲੈ ਕੇ। ਪਰ ਦੇਖਣ ਵਿੱਚ ਆਇਆ ਹੈ ਕਿ ਪਿੰਡ ਪੱਧਰ 'ਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀਆਂ ਜਿਹੜੀਆਂ ਕਿਸ਼ਤਾਂ ਨੇ ਉਹਨਾਂ ਨੂੰ ਪਵਾਉਣ ਵਾਸਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਪੈਸੇ ਲਏ ਜਾ ਰਹੇ ਹਨ, ਇਹ ਕਹਿ ਕੇ ਕਿ ਤੁਹਾਡੇ ਡਾਕੂਮੈਂਟ ਜਮ੍ਹਾਂ ਕਰਵਾਉਣੇ ਹਨ ਜਾਂ ਬਲਾਕ ਦਫ਼ਤਰ ਵਿੱਚ ਤੁਹਾਡੀਆਂ ਪੇਮੈਂਟਾਂ ਪਵਾਉਣੀਆਂ ਹਨ। ਸੋ ਬੜੇ ਦੁੱਖ ਦੀ ਗੱਲ ਹੈ ਕਿ ਇੱਕ ਗਰੀਬ ਬੰਦੇ ਦਾ ਪੈਸਾ ਜੋ ਹੈ ਉਹ ਮਰ ਰਿਹਾ ਹੈ, ਉਸਨੂੰ ਪੈਸੇ ਦੇ ਕੇ ਆਪਣਾ ਹੱਕ ਲੈਣਾ ਪੈ ਰਿਹਾ ਹੈ। ਸੋ ਇਹ ਤਕਰੀਬਨ ਸਾਰੇ ਜ਼ਿਲ੍ਹੇ ਵਾਸਤੇ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਪੈਸਾ ਦੇ ਕੇ ਕੰਮ ਕਰਵਾਉਣਾ ਪੈ ਰਿਹਾ। ਸੋ ਇਸ ਵੀਡੀਓ ਰਾਹੀਂ ਮੈਂ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਮੈਸੇਜ ਪਹੁੰਚਾਓ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਜਿੰਨੀਆਂ ਕਿਸ਼ਤਾਂ ਪੈਣੀਆਂ ਹਨ ਉਹ ਮੁਫਤ ਹਨ, ਉਸਦੇ ਖਾਤੇ ਵਿੱਚ ਹੀ ਆਉਣੀਆਂ ਹਨ, ਕਿਸੇ ਨੂੰ ਪੈਸਾ ਦੇਣ ਦੀ ਲੋੜ ਨਹੀਂ, ਸਿਰਫ ਉਸਨੇ ਆਪਣੇ ਡਾਕੂਮੈਂਟ ਦਫ਼ਤਰ ਵਿੱਚ ਜਮ੍ਹਾਂ ਕਰਵਾਉਣੀਆਂ ਹਨ ਔਰ ਉਸ ਤੋਂ ਕੋਈ ਪੈਸਾ ਨਹੀਂ ਲਿਆ ਜਾਣਾ। ਇਸ ਤੋਂ ਇਲਾਵਾ 90 ਦਿਹਾੜੀਆਂ ਮਗ ਨਰੇਗਾ ਸਕੀਮ ਅਧੀਨ ਮਸਟਰੋਲ ਉੱਪਰ ਉਸੇ ਦੇ ਘਰ ਵਿੱਚ ਉਹਨੂੰ ਕੰਮ ਕਰਨ ਤਹਿਤ ਦਿਹਾੜੀਆਂ ਦਿੱਤੀਆਂ ਜਾਣਗੀਆਂ। ਦਿਹਾੜੀਆਂ ਦੀ ਵੰਡ ਕੀਤੀ ਗਈ ਹੈ, ਪਹਿਲਾਂ 28 ਦਿਹਾੜੀਆਂ ਪਲਿੰਥ ਲੈਵਲ ਤੱਕ ਹਨ, ਫਿਰ 21 ਦਿਹਾੜੀਆਂ ਛੱਤ ਤੱਕ ਹਨ, ਇਸੇ ਤਰ੍ਹਾਂ ਵੱਖ ਵੱਖ ਜਿਹੜਾ ਹੈਗਾ ਲੈਵਲ 'ਤੇ ਉਹਨੂੰ ਜਿਹੜੀਆਂ ਦਿਹਾੜੀਆਂ ਮਗ ਨਰੇਗਾ ਸਕੀਮ ਅਧੀਨ ਦਿੱਤੀਆਂ ਜਾਣਗੀਆਂ ਅਤੇ ਅਦਾਇਗੀ ਵੀ ਕੀਤੀ ਜਾਊਗੀ। ਸੋ ਇਸ ਤੋਂ ਬਾਅਦ ਮੈਂ ਤੁਹਾਡੀ ਗੱਲ ਸਾਡੇ ਜ਼ਿਲ੍ਹੇ ਦੇ ਜ਼ਿਲ੍ਹਾ ਕੋਆਰਡੀਨੇਟਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਸ਼੍ਰੀ ਪੰਕਜ ਜੀ ਨਾਲ ਵੀ ਕਰਵਾਊਂਗਾ, ਜੋ ਵਿਸਤਾਰਪੂਰਵਕ ਦੱਸਣਗੇ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਕਿਵੇਂ ਕਿਵੇਂ ਕਿਸ਼ਤਾਂ ਜਾ ਰਹੀਆਂ ਹੁੰਦੀਆਂ ਹਨ, ਕਿੰਨਾ ਪੈਸਾ ਜਿਹੜਾ ਹੈਗਾ ਉਪਲਬਧ ਹੁੰਦਾ ਹੈ ਬੈਨੀਫਿਸ਼ੀਰੀ ਨੂੰ, ਔਰ ਹੋਰ ਜੋ ਮਸਲੇ ਹਨ ਉਹ ਤੁਹਾਡੇ ਧਿਆਨ ਵਿੱਚ ਲਿਆਉਣਗੇ। ਉਸ ਤੋਂ ਬਾਅਦ ਜੋ ਘਰ ਚੱਲ ਰਹੇ ਹਨ ਉਹਨਾਂ ਦੀਆਂ ਫੋਟੋਆਂ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ। ਪਰ ਬੇਨਤੀ ਕਰੂੰਗਾ ਕਿ ਪਿੰਡ ਪੱਧਰ 'ਤੇ ਇਹ ਗੱਲ ਜ਼ਰੂਰ ਫੈਲਾਈ ਜਾਵੇ ਕਿ ਕਿਸੇ ਨੂੰ ਨਾ ਤਾਂ ਮਗ ਨਰੇਗਾ ਸਕੀਮ ਦੀਆਂ 90 ਦਿਹਾੜੀਆਂ ਲੈਣ ਵਾਸਤੇ ਅਤੇ ਨਾ ਹੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਕਿਸ਼ਤ ਪਵਾਉਣ ਵਾਸਤੇ ਕੋਈ ਪੈਸਾ ਦੇਣ ਦੀ ਜ਼ਰੂਰਤ ਹੈ। ਇਹ ਸਾਰਾ ਕੁਝ ਮੁਫਤ ਉਸਦੇ ਖਾਤੇ ਵਿੱਚ ਹੀ ਪਾਇਆ ਜਾਣਾ ਹੈ, ਬਸ਼ਰਤੇ ਕਿ ਉਹ ਸਹੀ ਘਰ ਬਣਾਵੇ, ਹਦਾਇਤਾਂ ਅਨੁਸਾਰ ਘਰ ਦੀ ਉਸਾਰੀ ਕਰੇ। ਇਹ ਸਾਰੀ ਚੀਜ਼ਾਂ ਜੇ ਉਹ ਧਿਆਨ ਵਿੱਚ ਰੱਖਦਾ ਤਾਂ ਉਸਦੇ ਖਾਤੇ ਵਿੱਚ ਹੀ ਅਦਾਇਗੀ ਕੀਤੀ ਜਾਊਗੀ। ਮੈਂ ਫਿਰ ਕਹੂੰਗਾ ਕਿ ਕਿਸੇ ਨੂੰ ਵੀ ਪੈਸਾ ਦੇਣ ਦੀ ਜ਼ਰੂਰਤ ਨਹੀਂ ਹੈ। ਉਸ ਜੇਕਰ ਕੋਈ ਮੰਗਦਾ ਵੀ ਹੈ ਤਾਂ ਉਸਦੀ ਸ਼ਿਕਾਇਤ ਬਲਾਕ ਪੱਧਰ 'ਤੇ ਜਾਂ ਜ਼ਿਲ੍ਹਾ ਪੱਧਰ 'ਤੇ ਕੀਤੀ ਜਾ ਸਕਦੀ ਹੈ, ਬਲਾਕ ਪੱਧਰ 'ਤੇ ਬੀ ਡੀ ਓ ਦਫ਼ਤਰ ਵਿੱਚ ਕੀਤੀ ਜਾ ਸਕਦੀ ਹੈ, ਅਤੇ ਜ਼ਿਲ੍ਹਾ ਪ੍ਰੀਸ਼ਦ ਪੱਧਰ 'ਤੇ ਜ਼ਿਲ੍ਹਾ ਪ੍ਰੀਸ਼ਦ ਆ ਕੇ ਜ਼ਿਲ੍ਹਾ ਪੱਧਰ 'ਤੇ ਉਹ ਜਿਹੜੀ ਹੈ ਸ਼ਿਕਾਇਤ ਆਪਣੀ ਦਰਜ ਕਰਵਾ ਸਕਦਾ ਹੈ। ਪਰ ਚੁੱਪ ਰਹਿਣ ਦੀ ਲੋੜ ਨਹੀਂ, ਨਾ ਕਿਸੇ ਤੋਂ ਡਰਨ ਦੀ ਲੋੜ ਹੈ। ਇਸ ਤੋਂ ਇਲਾਵਾ ਮੈਂ ਇਹ ਵੀ ਧਿਆਨ ਵਿੱਚ ਲਿਆਉਣਾ ਚਾਹੂੰਗਾ ਕਿ ਕੁੱਲ 1,20,000 ਰੁਪਇਆ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮਿਲ ਰਿਹਾ, 90 ਦਿਹਾੜੀਆਂ ਯਾਨੀ ਕਿ 20,970 ਰੁਪਏ, 233 ਰੁਪਏ ਪਰ ਡੇ ਦੇ ਹਿਸਾਬ ਨਾਲ ਜਿਹੜਾ ਦਿੱਤਾ ਜਾਣਾ ਉਹ ਨਰੇਗਾ ਵਿੱਚੋਂ ਦਿੱਤਾ ਜਾਣਾ, ਤਕਰੀਬਨ 1,50,000 ਰੁਪਇਆ ਇੱਕ ਘਰ ਲਈ ਇੱਕ ਪਰਿਵਾਰ ਨੂੰ ਮਿਲਣਾ ਹੈ। ਸੋ ਮੇਰੇ ਤੋਂ ਬਾਅਦ ਹੁਣ ਸ਼੍ਰੀ ਪੰਕਜ ਜੀ ਤੁਹਾਨੂੰ ਵਿਸਤਾਰਪੂਰਵਕ ਇਸ ਸਕੀਮ ਬਾਰੇ ਔਰ ਕਿਵੇਂ ਕਿਵੇਂ ਪੈਸਾ ਮਿਲਦਾ ਉਸ ਬਾਰੇ ਦੱਸਣਗੇ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਪੰਕੂ ਸਿੰਗਲਾ ਹੈ, ਡਿਸਟ੍ਰਿਕਟ ਕੋਆਰਡੀਨੇਟਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਮਾਨਸਾ ਤੋਂ ਹਾਂ। ਪ੍ਰਧਾਨ ਮੰਤਰੀ ਆਵਾਸ ਯੋਜਨਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 3 ਕਿਸ਼ਤਾਂ ਵਿੱਚ ਇਹਦੀਆਂ ਕਿਸ਼ਤਾਂ ਦਿੱਤੀਆਂ ਜਾਣੀਆਂ ਹਨ, ਘਰ ਚੁਣ ਲਏ ਗਏ ਹਨ, ਘਰ ਹੁਣ ਬਣ ਵੀ ਰਹੇ ਹਨ, ਅਤੇ ਕਈਆਂ ਨੂੰ ਪਹਿਲੀ ਕਿਸ਼ਤ ਵੀ ਜਾਰੀ ਹੋ ਚੁੱਕੀ ਹੈ, ਜਿਹਦੀ ਪਹਿਲੀ ਕਿਸ਼ਤ 30,000 ਰੁਪਇਆ 25% 1,20,000 ਦਾ, ਦੂਜੀ ਕਿਸ਼ਤ 60% 72,000 ਰੁਪਇਆ, ਅਤੇ ਤੀਜੀ ਕਿਸ਼ਤ 18,000 ਰੁਪਇਆ ਜਿਹੜੀ ਕਿ 15% ਬਣਦੀ ਹੈ, ਜਿਹੜੀ ਕਿ ਹੁਣ ਇਹਦੇ 'ਚ 3 ਕਿਸ਼ਤਾਂ ਵਿੱਚ ਪੈਸਾ ਜਾਣਾ ਹੈ, ਖਾਤੇ 'ਚ ਪੈਸਾ ਸਿੱਧਾ ਔਨਲਾਈਨ ਜਾਣਾ ਹੈ, ਹੈੱਡ ਆਫਿਸ ਦੇ ਨੋਡਲ ਬੈਂਕ ਅਕਾਊਂਟ ਦੇ ਵਿੱਚੋਂ ਖਾਤਾ ਸਿੱਧਾ ਖਾਤੇ ਵਿੱਚ ਪੈਸੇ ਜਾਣੇ ਹਨ, ਜਿਹਦੇ 'ਚ ਡਿਸਟ੍ਰਿਕਟ ਲੈਵਲ 'ਤੇ, ਜ਼ਿਲ੍ਹਾ ਲੈਵਲ 'ਤੇ ਜਾਂ ਬਲਾਕ ਲੈਵਲ 'ਤੇ ਜਾਂ ਪੰਚਾਇਤ ਲੈਵਲ 'ਤੇ, ਇਹਦਾ ਕੋਈ ਕਿਸੇ ਦਾ ਕੋਈ ਰੋਲ ਨਹੀਂ ਹੈ ਜਿਹਦੇ ਖਾਤੇ 'ਚ ਪੈਸੇ ਪਵਾਉਣ ਦੇ ਵਿੱਚ। ਸਾਨੂੰ ਇਹ ਦੇਖਣ ਵਿੱਚ ਆਇਆ ਹੈ ਕਈ ਪਿੰਡਾਂ ਵਿੱਚ,
ਕਈ ਬਲਾਕ ਲੈਵਲ 'ਤੇ ਕਈ ਜ਼ਿਲ੍ਹਾ ਲੈਵਲ 'ਤੇ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ, ਜੋ ਕਿ ਸਰਾਸਰ ਗਲਤ ਹੈ। ਜਿਹਨੇ ਕਿ ਪੈਸੇ ਨਾ ਤਾਂ ਜ਼ਿਲ੍ਹਾ ਲੈਵਲ ਤੋਂ ਪੈਣੇ ਹਨ, ਨਾ ਬਲਾਕ ਲੈਵਲ ਤੋਂ ਅਤੇ ਨਾ ਹੀ ਪੰਚਾਇਤ ਲੈਵਲ ਤੋਂ। ਸਿਰਫ ਬਲਾਕ ਲੈਵਲ ਤੋਂ ਵੈਰੀਫਾਈ ਜਿਹੜੇ ਬੰਦੇ ਸੀ ਉਹ ਕਰ ਦਿੱਤੇ ਗਏ ਹਨ ਲਾਭਪਾਤਰੀ, ਅਤੇ ਹੁਣ ਉਹ ਲਿਸਟ ਡਿਸਟ੍ਰਿਕਟ ਲੈਵਲ 'ਤੇ ਜਾ ਚੁੱਕੀ ਹੈ। ਡਿਸਟ੍ਰਿਕਟ ਲੈਵਲ ਤੋਂ ਸਟੇਟ 'ਚੋਂ ਡਾਇਰੈਕਟ ਤੁਹਾਡੇ ਖਾਤੇ ਵਿੱਚ ਪੈਸੇ ਆਉਣੇ ਹਨ। ਤਾਂ ਇਹਦੇ 'ਚ ਕਿਸੇ ਵੀ ਲੈਵਲ ਦਾ ਬੰਦਾ, ਚਾਹੇ ਉਹ ਪੰਚਾਇਤ ਸੈਕਟਰੀ ਹੈ, ਚਾਹੇ ਉਹ ਬਲੋਕ ਕੰਪਿਊਟਰ ਆਪਰੇਟਰ ਹੈ, ਚਾਹੇ ਉਹ ਗ੍ਰਾਮ ਸੇਵਕ ਹੈ, ਕਿਸੇ ਨੂੰ ਇੱਕ ਰੁਪਈਆ ਵੀ ਦੇਣ ਦੀ ਲੋੜ ਨਹੀਂ ਹੈ। ਜਦੋਂ ਤੁਹਾਡੀ ਪਹਿਲੀ ਕਿਸ਼ਤ ਜਾਰੀ ਹੋਊਗੀ, ਤੁਹਾਡਾ ਮਕਾਨ ਲਿੰਟਰ ਲੈਵਲ ਤੱਕ ਜਾਣਾ ਹੈ। ਲਿੰਟਰ ਲੈਵਲ ਮਤਲਬ ਨੀਵਾਂ ਭਰ ਕੇ ਉਹਦੀ ਕੰਧ ਜਿਹੜੀ 10 ਫੁੱਟ ਤੱਕ, ਜਿੰਨੀ ਵੀ ਤੁਸੀਂ ਲੈਂਟਰ ਪਾਉਣਾ ਹੈ, ਲੈਂਟਰ ਤਿਆਰ ਕਰਕੇ ਉਦੋਂ ਬਾਅਦ JEE ਜੂਨੀਅਰ ਇੰਜੀਨੀਅਰ ਨਰੇਗਾ, ਜਿਹਨੂੰ ਆਪਾਂ ਟੈਕਨੀਕਲ ਅਸਿਸਟੈਂਟ ਵੀ ਕਹਿੰਦੇ ਹਾਂ, ਉਹਨਾਂ ਨੇ ਤੁਹਾਡੇ ਘਰ ਦੀ ਜਾ ਕੇ ਪੜਤਾਲ ਕਰਨੀ ਹੈ ਪਹਿਲੀ ਕਿਸ਼ਤ ਦੀ। ਉਹਨੇ ਫੋਟੋਆਂ ਖਿੱਚਣੀਆਂ ਹਨ ਔਨਲਾਈਨ, ਜੀਓਟੈਗ ਹੁੰਦੀ ਹੈ ਜਿਹੜੀ ਕਿ ਗਲੋਬਲਾਈਜੇਸ਼ਨ ਤੋਂ ਥਰੂ ਹੁੰਦੀ ਹੈ। ਜੀਓਟੈਗ ਤੋਂ ਬਾਅਦ ਫੋਟੋਆਂ ਬਲਾਕ ਤੋਂ ਅਪਰੂਵ ਹੋਣੀਆਂ ਹਨ ਅਤੇ ਡਿਸਟ੍ਰਿਕਟ ਲੈਵਲ ਤੋਂ ਵੈਰੀਫਾਈ ਕਰਕੇ ਉਹਦੀ ਪੇਮੈਂਟ ਖਾਤੇ 'ਚ ਅਗਲੀ ਕਿਸ਼ਤ ਪੈਣੀ ਹੈ। ਠੀਕ ਹੈ ਦੋਸਤੋ, ਇਸ ਕੰਮ ਦੇ ਵਿੱਚ ਥੋੜ੍ਹਾ ਸਮਾਂ ਜ਼ਰੂਰ ਲੱਗਦਾ ਹੈ, 3-4 ਦਿਨ ਪੇਮੈਂਟ ਪੈਣ 'ਚ ਲੱਗਦੇ ਹਨ, ਬਟ ਕਿਸੇ ਨੂੰ ਕੋਈ ਪੈਸਾ ਦੇਣ ਦੀ ਲੋੜ ਨਹੀਂ ਹੈ। ਜਦੋਂ ਫੋਟੋ ਖਿੱਚੀ ਗਈ, ਖਿੱਚਣ ਤੋਂ ਬਾਅਦ ਆਟੋਮੈਟਿਕਲੀ ਬਲੌਕ 'ਤੇ ਚਲੀ ਗਈ, ਤਾਂ ਵੈਰੀਫਾਈ ਕਰਨ ਤੋਂ ਬਾਅਦ ਉਹਦਾ ਫੰਡ ਟ੍ਰਾਂਸਫਰ ਆਰਡਰ ਔਨਲਾਈਨ ਜਾਰੀ ਹੋਣੇ ਹਨ, ਜਿੱਥੇ ਕਿ ਤੁਹਾਡੇ ਸਿੱਧਾ ਨੋਡਲ ਬੈਂਕ, ਜਿਹੜਾ ਕਿ ਆਪਣਾ ਹੈੱਡ ਆਫਿਸ ਪੰਜਾਬ ਦਾ ਮੋਹਾਲੀ ਹੈ, ਉੱਥੋਂ ਪੈਸੇ ਡਾਇਰੈਕਟ ਤੁਹਾਡੇ ਲਾਭਪਾਤਰੀ ਦੇ ਖਾਤੇ ਵਿੱਚ ਆਉਣੇ ਹਨ। ਵਿੱਚ ਦਾ ਕਿਸੇ ਕੋਈ ਬੰਦਾ ਹੈ ਨਹੀਂ ਜਿਹੜਾ ਕਹਿ ਸਕੇ ਕਿ ਮੈਂ ਤੁਹਾਡੀ ਕਿਸ਼ਤ ਪਵਾ ਦੂੰਗਾ। ਸੋ ਇਹ ਹੱਥ ਜੋੜ ਕੇ ਬੇਨਤੀ ਹੈ, ਕਿਸੇ ਵੀ ਬੰਦੇ ਨੂੰ ਕੋਈ ਪੈਸਾ ਦੇਣ ਦੀ ਲੋੜ ਨਹੀਂ। ਕੋਈ ਵੀ ਤੁਹਾਨੂੰ ਗੁੰਮਰਾਹ ਕਰਦਾ ਹੈ, ਚਾਹੇ ਉਹ ਸਰਪੰਚ ਲੈਵਲ ਦਾ ਬੰਦਾ ਹੈ, ਚਾਹੇ ਬਲਾਕ ਆਫਿਸ ਦਾ ਬੰਦਾ ਹੈ, ਚਾਹੇ ਪੰਚਾਇਤ ਸੈਕਟਰੀ ਹੈ, ਚਾਹੇ ਗ੍ਰਾਮ ਰੋਜ਼ਗਾਰ ਸੇਵਕ ਹੈ ਨਰੇਗਾ ਦਾ, ਤਾਂ ਕਿਸੇ ਨੂੰ ਕੋਈ ਪੈਸਾ ਦੇਣ ਦੀ ਲੋੜ ਨਹੀਂ ਹੈ। ਦੂਜੀ ਗੱਲ, ਤੁਹਾਨੂੰ ਇਹ 'ਚ ਟੋਟਲ 1,20,000 ਮਿਲਣਾ ਹੈ, ਜਿਹੜਾ 3 ਕਿਸ਼ਤਾਂ 'ਚ ਮਿਲਣਾ। ਉਦੋਂ ਬਾਅਦ 90 ਦਿਹਾੜੀਆਂ ਨਰੇਗਾ ਦੇ ਥਰੂ ਮਿਲਣੀਆਂ ਹਨ। 90 ਦਿਹਾੜੀਆਂ ਮਤਲਬ 90 ਦਿਨਾਂ ਦਾ ਕੰਮ ਰੋਜ਼ਗਾਰ ਨਰੇਗਾ ਜੋਬ ਕਾਰਡ ਦੇ ਆਧਾਰ 'ਤੇ ਮਿਲਣਾ ਹੈ, ਜਿਹਦੀ ਦਿਹਾੜੀ 233 ਰੁਪਏ ਇੱਕ ਦਿਨ ਅੱਜ ਦੇ ਟਾਈਮ 'ਚ ਚੱਲ ਰਹੀ ਹੈ। ਜਿਹਦੀ ਪਹਿਲੀ ਕਿਸ਼ਤ ਜਾਰੀ ਹੋਣ ਤੱਕ 28 ਮਸਟੋਲ ਆਪਾਂ ਜਾਰੀ ਕਰ ਰਹੇ ਹਨ ਨਰੇਗਾ ਤੋਂ, ਜੋ ਨਰੇਗਾ ਦੇ JEE ਅਪਰੂਵ ਕਰੂਗਾ, ਔਰ ਨਰੇਗਾ ਤੋਂ ਇਹ ਨਿਕਲਣੇ ਹਨ ਮਸਟੋਲ। ਜਦੋਂ 28 ਮਸਟੋਲ ਪਹਿਲੀ ਕਿਸ਼ਤ 'ਤੇ ਜਾਰੀ ਹੋ ਗਏ, ਉਦੋਂ ਬਾਅਦ ਦੂਜੀ ਕਿਸ਼ਤ ਲਈ ਤੁਸੀਂ ਐਲੀਜੀਬਲ ਹੋ ਵੈਰੀਫਿਕੇਸ਼ਨ ਹੋਣ ਤੋਂ ਬਾਅਦ। ਜਦੋਂ ਐਲੀਜੀਬਲ ਹੋ ਗਏ ਤਾਂ ਤੁਹਾਨੂੰ ਦੂਜੀ ਕਿਸ਼ਤ ਖਾਤੇ 'ਚ ਪਾ ਦਿੱਤੀ ਜਾਊਗੀ। ਇਹਦੇ 'ਚ ਕੋਈ ਤੁਹਾਡੇ ਕੋਲ ਪੈਸੇ ਨਹੀਂ ਲਿੱਤੇ ਜਾ ਸਕਦੇ, ਤਾਂ ਇਹਨੂੰ ਗੱਲ 'ਚ ਧਿਆਨ ਦੇ ਵਿੱਚ ਰੱਖਿਆ ਜਾਵੇ।